ਸਤਿ ਸ਼੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਾਂਗੇ ਕਿ ਕੱਲ ਜੋ ਮੀਟਿੰਗ ਹੋਈ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹਦੇ ਪ੍ਰਧਾਨ ਹਨ ਸੁਖਦੇਵ ਸਿੰਘ ਢੀਂਡਸਾ ਉਸ ਵਿੱਚ ਜੋ ਵਿਰੋਧ ਉਠਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਰਜਰ ਦਾ ਲੋਕ ਜੋ ਲੀਡਰ ਸਨ ਉਹਨਾਂ ਨੇ ਵਿਰੋਧ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਸੁਖਬੀਰ ਸਿੰਘ ਬਾਦਲ ਰਿਜ਼ਾਈਨ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਇਸ ਵਿੱਚ ਦਾਖਲਾ ਨਹੀਂ ਲੈਣਾ ਚਾਹੀਦਾ ਸਾਨੂੰ ਪਾਰਟੀ ਦਾ ਇਹ ਮਰਜ਼ ਨਹੀਂ ਕਰਨੀ ਚਾਹੀਦੀ ਉਹਦੇ ਉੱਪਰ ਸਭ ਤੋਂ ਵੱਡਾ ਦੋਸ਼ ਹੈ ਕਿ ਉਹ ਪਾਰਟੀ ਦੀ ਹਾਰ ਜਿਹੜੀ ਹੋਈ ਹੈ 2022 ਵਿੱਚ ਉਹਦੀ ਜ਼ਿੰਮੇਵਾਰੀ ਲੈ ਕੇ ਸਿਰਫ 3 ਸੀਟਾਂ ਪੰਜਾਬ ਅਸੈਂਬਲੀ ਵਿੱਚ ਪਾਰਟੀ ਜਿੱਤ ਸਕੀ ਹੁਣ ਇਸ ਵਿਰੋਧ ਨੂੰ ਜੋ ਹੈ ਬਾਹਰ ਨਿਕਲਣ ਨਹੀਂ ਦਿੱਤਾ ਗਿਆ ਅਤੇ ਜਿੱਥੋਂ ਤੱਕ ਹੋ ਸਕਿਆ ਪੰਜਾਬੀ ਦੀਆਂ ਅਖਬਾਰਾਂ ਨੂੰ ਮੈਨੀਪੂਲੇਟ ਕਰਕੇ ਉੱਥੇ ਖਬਰ ਇਹ ਲਵਾਈ ਕਿ ਵੀ ਮੀਟਿੰਗ ਜਿਹੜੀ ਸੀ ਉਹ ਸੁਖੀ ਸੰਧੀ ਲੰਗੇ ਅਤੇ ਢਿੰਡਸਾ ਸਾਹਿਬ ਦੀ ਲੀਡਰ ਵਿੱਚ ਲੀਡਰਸ਼ਿਪ ਵਿੱਚ ਜਿਹੜੇ ਉਥੇ ਮੀਟਿੰਗ ਵਿੱਚ ਬੈਠੇ ਲੀਡਰ ਸਨ ਸਾਰੇ ਪੰਜਾਬ ਤੋਂ ਆਏ ਸਨ ਉਹਨਾਂ ਨੇ ਮੋੜ ਵਿਸ਼ਵਾਸ ਦਵਾਇਆ ਅਤੇ ਕਿਹਾ ਕਿ ਢਿੰਡਸਾ ਸਾਹਿਬ ਨੇ ਜੋ ਪਾਰਟੀ ਨੂੰ ਲੀਡ ਕੀਤਾ ਉਹ ਬੜੀ ਅੱਛੀ ਉਹਨਾਂ ਨੇ ਲੀਡਰਸ਼ਿਪ ਪ੍ਰਦਾਨ ਕੀਤੀ ਮੈਂ ਇੱਥੇ ਦੱਸਣਾ ਚਾਹਨਾ ਕਿ ਵੀ ਪਾਰਟੀ ਵਿੱਚ ਬਗਾਵਤ ਤੱਕ ਦੀਆਂ ਸੁਰਾਂ ਉੱਠੀਆਂ ਔਰ ਇਸ ਮੀਟਿੰਗ ਵਿੱਚ ਜੋ ਲੀਡਰ ਬੁਲਾਏ ਗਏ ਸਨ ਉਹਨਾਂ ਵਿੱਚ ਸਨ ਜ਼ਿਲ੍ਹਿਆਂ ਦੇ ਪ੍ਰਧਾਨ ਜ਼ਿਲ੍ਹਿਆਂ ਦੇ ਜਨਰਲ ਸੈਕਟਰੀ ਜ਼ਿਲ੍ਹਿਆਂ ਦੇ ਵਾਈਸ ਪ੍ਰੈਜ਼ੀਡੈਂਟ ਸੋ ਕੁਝ ਲੋਗ ਕੁਝ ਮੈਂਬਰ ਨਹੀਂ ਅਟੈਂਡ ਕਰ ਸਕੇ ਮੀਟਿੰਗਾਂ ਪਰ ਜੋ ਮੈਂਬਰ ਆਏ ਉਹਨਾਂ ਨੇ ਖੁੱਲ ਕੇ ਇਸ ਤੇ ਚਰਚਾ ਕੀਤੀ ਔਰ ਉਹਨਾਂ ਨੇ ਇਹ ਮੰਗ ਕੀਤੀ ਕਿ ਜਿੰਨੀ ਦੇਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਸ਼੍ਰੋਮਣੀ ਅਕਾਲੀ ਦਲ ਦਾ ਉੰਨੀ ਦੇਰ ਉਸ ਪਾਰਟੀ ਨਾਲ ਸਾਡਾ ਨਾ ਕੋਈ ਸੰਜੋਤਾ ਹੋਣਾ ਚਾਹੀਦਾ ਨਾ ਕੋਈ ਗੱਲਬਾਤ ਹੋਣੀ ਚਾਹੀਦੀ ਹੈ ਨਾ ਹੀ ਸਾਨੂੰ ਆਪਣੀ ਪਾਰਟੀ ਨੂੰ ਉਸ ਦੀ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੀਦਾ ਇੱਥੇ ਮੈਂਬਰਾਂ ਨੇ ਇਹ ਕਿਹਾ ਕਿ ਅਸੀਂ ਵੱਖਰੀ ਪਾਰਟੀ ਐਸਲੀ ਬਣਾਈ ਸੀ ਕਿਉਂਕਿ ਪਿਛਲੀਆਂ ਅਸੈਂਬਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਗਏ ਔਰ ਉਹਨਾਂ ਦੇ ਹੋਰ ਨਜ਼ਦੀਕੀ ਜੋ ਖਾਸ ਸੀਗੇ ਤਕਰੀਬਨ ਸਫਾਈ ਹੋ ਗਈ ਅਕਾਲੀ ਦਲ ਬਾਦਲ ਦੀ ਔਰ ਆਮ ਆਦਮੀ ਪਾਰਟੀ 92 ਸੀਟਾਂ ਲੈ ਗਈ ਸੋ ਇੱਕ ਸੀਟ ਬੀਐਸਪੀ ਲੈ ਗਈ ਔਰ ਦੋ ਸੀਟਾਂ ਭੀਜਪੀ ਵੀ ਲੈ ਗਈ ਹੁਣ ਜੋ ਸਮਝੌਤਾ ਸੀ ਗਾ ਇਲੈਕਸ਼ਨਲ ਵਿੱਚ ਉਹ ਸੀਗਾ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਦਾ ਮਾਇਆਵਤੀ ਨੇ ਵੀ ਆ ਕੇ ਰੈਲੀਆਂ ਅਡਰੈਸ ਕੀਤੀਆਂ ਪਰ ਜੋ ਰਿਜ਼ਲਟ ਨਿਕਲੇ ਉਹ ਬੜੇ ਸ਼ਰਮਸ਼ਾਰ ਕੀਤਾ ਉਹਨਾਂ ਨੇ ਕਿਉਂਕਿ ਵੱਡੇ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਵਿੱਚ ਪਹਿਲੀ ਵਾਰੀ ਚੋਣ ਆ ਰਹੇ ਔਰ ਆਪਣੇ ਇਲਾਕੇ ਦੇ ਇੱਕ ਨੌਜਵਾਨ ਨਵੇਂ ਉਭਰੇ ਹੋਏ ਲੀਡਰ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਇਹ ਉਹਨਾਂ ਲਈ ਬੜਾ ਸਿਰਫ ਦੁਖਦਾਈ ਨਹੀਂ ਸੀ ਪਰ ਉਸ ਨੇ ਉਹਨਾਂ ਨੂੰ ਬੜਾ ਉਦਾਸ ਵੀ ਕਰ ਦਿੱਤਾ ਕਿ ਉਹਨਾਂ ਦੀ ਇਹ ਹਾਲਤ ਹੋ ਗਈ ਹੈ ਕਿ ਕੌਮ ਹੁਣ ਉਹਨਾਂ ਨੂੰ ਅਸੈਪਟ ਨਹੀਂ ਕਰਦੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਅਸੈਪਟ ਨਹੀਂ ਕਰ ਰਹੇ ਹੁਣ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਸੁਖਵੀਰ ਬਾਦਲ ਲਈ ਕੋਈ ਜਿਹੜਾ ਰਾਹ ਉਸ ਖਾਮਾ ਬਣਾਣਾ ਚਾਹੁੰਦੇ 인ਸਾਨ ਨੂੰ ਵਾਪਸ ਲਿਆ ਕੇ ਉਹ ਬੜਨਾ ਅੱਜ ਦੀ ਤਰੀਕ ਤੱਕ ਬੜਾ ਮੁਸ਼ਕਲ ਹੈ ਕਿਉਂਕਿ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹ ਕੋਈ ਲੀਡਰ ਸੁਧਾਰਨ ਲੀਡਰ ਨਹੀਂ ਹੈਗੇ ਮੈਂ ਤੁਹਾਨੂੰ ਨਾਮ ਵੀ ਦੱਸਦਾ ਤੇ ਤੁਸੀਂ ਇਹ ਦੇਖੋਗੇ ਕਿ ਜਿਹੜੇ ਲੀਡਰਾਂ ਨੇ ਵਿਰੋਧ ਕੀਤਾ ਉਹਨਾਂ ਕੋਲ ਬੜੀ ਜਿਹੜੀ ਸਿੱਖ ਸਿਆਸਤ ਹੈ ਉਹਨਾਂ ਦੇ ਕੋਲ ਪਿੱਛੇ ਬੜੀ ਵੱਡੀ ਵਿਰਾਸਤ ਉਹਨਾਂ ਨੂੰ ਮਿਲੀ ਹੋਈ ਹੈ ਮੈਂ ਸਭ ਤੋਂ ਪਹਿਲੇ ਤੁਹਾਨੂੰ ਨਾਮ ਲੈਂਦਾ ਹਾਂ ਬੀਬੀ ਹਰਜੀਤ ਕੌਰ ਤਲਵੰਡੀ ਜੀ ਇਹ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਬੇਟੀ ਹੈ ਔਰ ਇਸ ਨੇ ਵੀ ਪੂਰੀ ਤਰ੍ਹਾਂ ਮਤਲਬ ਆਪਣੇ ਭਾਵ ਰੱਖੇ ਉਥੇ ਐਕਸਪਰੈਸ ਕੀਤੇ ਔਰ ਉਸਨੇ ਪੂਰਾ ਸੁਪੀਰ ਉਤੇ ਕਾਫੀ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਜਿਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਦੇ ਉਤੇ ਤਵਾ ਵੀ ਲਾਇਆ ਸੋ ਦੂਸਰੀ ਜੋ ਖੁੱਲ ਕੇ ਬੋਲਣ ਵਾਲੀ ਨੇਤਾ ਮੈਂ ਦੱਸਣਾ ਹਾਂ ਬੀਬੀ ਪਰਮਜੀਤ ਕੌਰ ਗੁਲਸ਼ਨ ਜੀ ਤੁਹਾਨੂੰ ਪਤਾ ਹੋਏਗਾ ਕਿ ਜੱਥੇਦਾਰ ਧਰਨਾ ਸਿੰਘ ਗੁਲਸ਼ਨ ਜੋ ਕੇਂਦਰ ਚ ਮੰਤਰੀ ਵੀ ਰਹੇ ਹਨ ਅਤੇ ਦੋਵਾਰੀ ਮੈਂਬਰ ਪਾਰਲੀਮੈਂਟ ਵੀ ਰਿਆਂ ਇਹ ਬੀਬੀ ਪਰਮਜੀਤ ਕੌਰ ਜੀ ਉਹਨਾਂ ਦੀ ਬੇਟੀ ਹਨ ਅਤੇ ਉਹਨਾਂ ਕੋਲ ਗੁਲਸ਼ਨ ਜੀ ਦੀ ਦਿੱਤੀ ਹੋਈ ਸਾਰੀ ਵਿਰਾਸਤ ਹੈ ਜਿਵੇਂ ਕਿ ਬੀਬੀ ਹਰਜੀਤ ਕੌਰ ਤਲਵੰਡੀ ਜੀ ਕੋਲ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਇੱਕ ਬੜੀ ਵਿਰਾਸਤ ਉਹਨਾਂ ਤੇ ਹੈ ਔਰ ਇਸ ਤੋਂ ਵੀ ਮੈਂ ਜਿਹੜੀ ਅਗਲੀ ਤੁਹਾਨੂੰ ਦੱਸ ਰਿਹਾ ਉਹ ਇਹ ਹੈ ਕਿ ਭਾਈ ਮੋਕਮ ਸਿੰਘ ਜੀ ਜੋ ਬੜੇ ਲੰਮੇ ਸਮੇਂ ਔਰ ਮਿਲਿਟੈਂਸੀ ਸਮੇਂ ਵੀ ਉਹ ਸਪੋਕਸਮੈਨ ਰਹੇ ਦਮਦਮੀ ਟਕਸਾਲ ਦੇ ਔਰ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿਉਂਕਿ ਦਮਦਮੀ ਟਕਸਾਲ ਦੇ ਜੋ ਮੋਕਮ ਸਿੰਘ ਦੇ ਪਿੱਛੇ ਜੋ ਇੱਕ ਵੱਡੀ ਕਤਾਰ ਹੈ ਲੀਡਰਾਂ ਦੀ ਜੋ ਹਰ ਡਿਸਟ੍ਰਿਕਟ ਵਿੱਚ ਹੈ ਤਹਿਸੀਲ ਵਿੱਚ ਹੈ ਅਤੇ ਬਹੁਤ ਸਾਰੇ ਪਿੰਡਾਂ 'ਚ ਵੀ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਨਹੀਂ ਕੀਤਾ ਜਾ ਸਕਦਾ ਕੁਝ ਹੋਰ ਲੀਡਰਾਂ ਨੇ ਵੀ ਕਿਹਾ ਜੋ સૂਤਰਾ ਨੇ ਦੱਸਿਆ ਉਹ ਮੈਂ ਤੁਹਾੜਨਾ ਸਾਂਝਾ ਕਰ ਰਿਹਾ ਤਾਂ ਕਿ ਜੋ ਹੋਰ ਲੀਡਰਾਂ ਨੇ ਵੀ ਕਾਫੀ ਇਸ ਗੱਲ ਦਾ ਵਿਰੋਧ ਕੀਤਾ ਜਦੋਂ ਸੁਖਬੀਰ ਸਿੰਘ ਢੀਡਸਾ ਨੇ ਇਹ ਦੇਖਿਆ ਕਿ ਇਸ ਵਿਰੁੱਧ ਇਤਨਾ ਵਿਰੋਧ ਇਕੱਠਾ ਹੋ ਗਿਆ ਚਾਹੇ ਕਿ ਜਿਹੜੇ ਉਹਨਾਂ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਤਾਂ ਚੁੱਪੀ ਠਾਣੀ ਰੱਖੀ ਕਿਉਂਕਿ ਉਹਨਾਂ ਨੂੰ ਐ ਲੱਗਦਾ ਸੀ ਕਿ ਵੀ ਉਹਨਾਂ ਨੂੰ ਅਪਾਇੰਟ ਕੀਤਾ ਹੈ ਜ਼ਿਲ੍ਹਿਆਂ ਦੇ ਪ੍ਰਧਾਨ ਤਾਂ ਉਹਨਾਂ ਨੂੰ ਪ੍ਰਧਾਨ ਜੀ ਨੂੰ ਇੰਨਾ ਅੰਬੈਰੈਸ ਨਹੀਂ ਕਰਨਾ ਚਾਹੀਦਾ ਸੋ ਉਹਨਾਂ ਨੇ ਚੁੱਪੀ ਥਾਮ ਕੇ ਰੱਖੀ ਪਰ ਵਾਈਸ ਪ੍ਰੈਜ਼ੀਡੈਂਟ ਤੇ ਜਨਰਲ ਸਕੱਤਰ ਜਿਹੜੇ ਸੀਗੇ ਉਹਨਾਂ ਚ ਬਹੁਤ ਸਾਰਿਆਂ ਨੇ ਖੁੱਲ ਕੇ ਸੁਖਬੀਰ ਬਾਦਲ ਵ੍ਰੁੱਤ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਜਿੰਨੀ ਦੇਰ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਰਿਜ਼ਾਈਨ ਨਹੀਂ ਕਰਦਾ ਅਤੇ ਇਹ ਜੀ ਬਿਮਾਰੀ ਵੀ ਲੈ ਕੇ ਵੀ ਜਿਹੜੀ ਪਿਛਲੀਆਂ ਚੋਣਾਂ 'ਚ ਸਫਾਇਆ ਹੋਇਆ ਅਕਾਲੀ ਦਲ ਦਾ ਉਹਦੀ ਜੀ ਬਿਮਾਰੀ ਉਹਦੇ ਉੱਪਰ ਹੈ ਹਾਲਾਂਕਿ ਉਸ ਵੇਲੇ ਪਾਰਟੀ ਦੇ ਪ੍ਰਧਾਨ ਜੋ ਸੀਗੇ ਸੁਖਵੀਰ ਬਾਦਲ ਸੀ ਪਰ ਉਹਨਾਂ ਦੇ ਪਿਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੀਗੇ ਤੇ ਉਹ ਵੀ ਹਾਰ ਗਏ ਹੁਣ ਸਵਾਲ ਇਹ ਹੈ ਕਿ ਵੀ ਹੁਣ ਉਸ ਵੇਲੇ ਮੌਕੇ ਨੂੰ ਸੰਭਾਲਦਿਆਂ ਹੋਇਆ ਢੀੜਸਾ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾ ਲੈਂਦੇ ਆ ਪੰਜ ਮੈਂਬਰੀ ਕਮੇਟੀ ਹਰ ਡਿਸਟ੍ਰਿਕਟ ਵਿੱਚ ਜਾਏਗੀ ਤਹਿਸੀਲ ਪੱਧਰ ਤੇ ਜਾਏਗੀ ਅਤੇ ਉਹ ਇੱਕ ਰਿਪੋਰਟ ਤਿਆਰ ਕਰੇਗੀ ਕਿ ਸਮੂਚੀ ਪਾਰਟੀ ਦਾ ਕੀ ਵਿਚਾਰ ਬਣਦਾ ਹੈ ਕਿ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਝੋਤਾ ਕਰੀਏ ਤਾਂ ਉਹਦੇ ਵਿੱਚ ਉਹ ਇਹ ਵੀ ਦੇਖਣਗੇ ਕਿ ਸੁਖਬੀਰ ਨੂੰ ਤੋ ਬਿਨਾ ਜੇਕਰ ਹੋਵੇ ਪਾਰਟੀ ਕੋ ਪਾਰਟੀ ਦਾ ਪ੍ਰਧਾਨ ਕੋਈ ਹੋਰ ਹੋਵੇ ਉਹ ਰਿਜਾਈਨ ਕਰ ਦੇ ਤਾਂ ਸੰਯੋਗਤਾ ਕੀਤਾ ਜਾਏ ਜਾਂ ਕਿਸ ਪ੍ਰਕਾਰ ਇਸ ਪਾਰਟੀ ਯੂਨਨ ਨੂੰ ਉਹਦੇ ਵਿੱਚ ਮਰਜ ਕੀਤਾ ਜਾਏ ਸੋ ਹੁਣੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਕਿ ਪਾਰਟੀ ਜਿਹੜੀ ਏ ਯਾਨੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜੋ ਹੈ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਦੇ ਮੁਖੀ ਹਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਦੇ ਵਿੱਚ ਮਰਜ ਕਰੇਗਾ ਉਹਦੇ ਸ਼ਾਮਲ ਹੋ ਜਾਏਗਾ ਸਮਿਲਤ ਹੋ ਜਾਏਗਾ ਹੁਣ ਸਵਾਲ ਇਹ ਆਇਆ ਕਿ ਇਹ ਪੰਜ ਮੈਂਬਰੀ ਜੋ ਕਮੇਟੀ ਹੈ ਉਹਦੇ ਵਿੱਚ ਇਹ ਪਤਾ ਲੱਗਾ ਕਿ ਢੀਂਸਾ ਜੀ ਆਪਣੇ ਬੜੇ ਖਾਸ ਜਿਹੜੇ ਉਹਨਾਂ ਦੇ ਕੌਨਫੀਡੈਂਟ ਦੇ ਹੈਗੇ ਲੀਡਰ ਉਹਨਾਂ ਦੀ ਪਾਰਟੀ ਦੇ ਉਹਨਾਂ ਨੂੰ ਪਾਣਗੇ ਸੁਖਦੇਵ ਸਿੰਘ ਢੀਂਸਾ ਜੀ ਨੇ ਪਿਛਲੇ 2-3 ਮਹੀਨੇ ਵਿੱਚ ਸੁਖਬੀਰ ਨਾਲ ਜੋ ਗੁਪਤ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਕਾਫੀ ਕੁਝ ਉਹਨਾਂ ਨੇ ਤੈਅ ਕਰ ਲਿਆ ਜਿਸ ਲਈ ਮੈਂ ਇੱਕ ਵੱਖਰੀ ਵੀਡੀਓ ਬਣਾਵਾਂਗਾ ਜਿੱਦੇ ਵਿੱਚ ਕਿ ਮੈਂ ਦੱਸਾਂਗਾ ਉਹਨਾਂ ਨਾਲ ਕੀ ਕੀ ਸੈਟਲਮੈਂਟ ਹੋਈ ਏ ਤੇ ਉਹ ਸੈਟਲਮੈਂਟ ਦੇ ਆਧਾਰ ਤੇ ਇਹ ਦੋਨੋਂ ਪਾਰਟੀਆਂ ਮਰਜ਼ ਹੋਣਗੀਆਂ ਇੱਕ ਹੁਕਮ ਹੋਣਗੀਆਂ ਉਹ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਜੋ ਢੀਂਸਾ ਸਾਹਿਬ ਦੇ ਸੁਪੁੱਤਰ ਹਨ ਇਹ ਸੁਖਵੀਰ ਬਾਦਲ ਦੇ ਇਤਨੇ ਨਜ਼ਦੀਕ ਨੇ ਜਿੰਨੇ ਇਹ ਵਿਕਰਮ ਸਿੰਘ ਮਜੀਠੀਆ ਜੋ ਜੋ ਸਾਲੇ ਹਨ ਆਪਣੇ ਸੁਖਵੀਰ ਬਾਦਲ ਦੇ ਹਰ ਸਿਮਰਤ ਦੇ ਭਰਾ ਹਨ ਸਾਰੇ ਤੁਸੀਂ ਸਭ ਜਾਣਦੇ ਹੋ ਉਹਨਾਂ ਦੇ ਬਹੁਤ ਨਜ਼ਦੀਕ ਹਨ ਇਹਨਾਂ ਦੀ ਨਜ਼ਦੀਕੀ ਸੋ ਉਹਨਾਂ ਦਾ ਵੀ ਜ਼ੋਰ ਲੱਗਾ ਹੋਇਆ ਪਰਮਿੰਦਰ ਦੇ ਥਰੂ ਕਿਹਾ ਉਹਨਾਂ ਦੇ ਪਿਤਾ ਨੂੰ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਆ ਜਾਣ ਚਾਹਦੇ ਚੋਣਾ ਜਿਹੜੀਆਂ 2024 ਦੀਆਂ ਚ ਉਹਨਾਂ 'ਚ ਬੜਾ ਥੋੜਾ ਟਾਈਮ ਲੱਗ ਗਿਆ ਔਰ ਐਵੇਂ ਲੱਗਦਾ ਹੈ ਕਿ ਜਿਹੜੀਆਂ ਦੋ ਇਹਨਾਂ ਕੋਲ ਐਮਪੀ ਦੀਆਂ ਸੀਟਾਂ ਇੱਕ ਵੀਰ ਸਿੰਘ ਬਾਦਲ ਕੋਲ ਹੈ ਫਿਰੋਜ਼ਪੁਰ ਤੋਂ ਇੱਕ ਬੀਬੀ ਹਰਸਿਮਰਤ ਕੋਰ ਕੋਲ ਹੈ ਜਿਹੜੀ ਬਠਿੰਡੇ ਵਾਲੀ ਹੈ ਇਹ ਦੋ ਸੀਟਾਂ ਬਚਾਣ ਲਈ ਇਸ ਪਰਿਵਾਰ ਦੇ ਅੰਦਰ ਇੱਕ ਬੜੀ ਫਿਕਰਮੰਦੀ ਵਾਲੀ ਗੱਲ ਚੱਲ ਰਹੀ ਹੈ ਕਿ ਵੀ ਇਹਨਾਂ ਦੋ ਸੀਟਾਂ ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਏ ਜੇਕਰ ਇਹ ਦੋ ਸੀਟਾਂ ਵੀ ਹਾਰ ਜਾਂਦੇ ਹਨ ਤਾਂ ਇਹਨਾਂ ਕੋਲ ਲੈ ਜਾ ਕੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਰਹਿ ਜਾਏਗੀ ਇੱਕ ਇਹਨਾਂ ਦੇ ਕੋਲ ਰਹਿ ਜਾਣਗੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਸੋ ਦੋ ਇੰਸਟੀਚਿਊਸ਼ਨ ਇਹਨਾਂ ਕੋਲ ਰਹਿ ਜਾਣਗੀਆਂ ਤਾਂ ਉਹਨਾਂ ਇੰਸਟੀਚਿਊਸ਼ਨਾਂ ਵਿੱਚ ਵੀ ਇਹ ਐਂ ਲੱਗਦਾ ਜੇਕਰ ਇਹ ਹਾਰ ਗਏ ਇਹਨਾਂ ਦੇ ਬੱਲੇ ਨਾ ਪਾਰਲੀਮੈਂਟ ਹੈ ਨਾ ਇਹਨਾਂ ਕੋਲ ਕੋਈ ਰਾਜ ਸਭਾ ਚ ਮੈਂਬਰ ਹੋਏਗਾ ਅਤੇ ਨਾ ਹੀ ਉਹਨਾਂ ਦੀ ਬੜੀ ਕਮਜ਼ੋਰ ਸਥਿਤੀ ਹੈ ਜੋ ਅਸੈਂਬਲੀ ਵਿੱਚ ਹੈ ਸੋ ਇਸ ਚੀਜ਼ ਨੂੰ ਬਚਾਣ ਲਈ ਸੁਖਵੀਰ ਬਾਦਲ ਕਿਸੇ ਹੱਦ ਤੱਕ ਵੀ ਜਾ ਕੇ ਜੋ ਟਕਸਾਲੀ ਲੀਡਰਾਂ ਨੂੰ ਪੁਰਾਣੇ ਲੀਡਰਾਂ ਉਹਨਾਂ ਨੂੰ ਵਾਪਸ ਲਿਆਉਣ ਲਈ ਪੂਰੇ ਯਤਨ ਕਰੇਗਾ ਔਰ ਮੈਨੂੰ ਜੋ ਅੰਦਰਲੀ ਗੱਲ ਪਤਾ ਹੈ ਕਿ ਸੁਖਦੀ ਸੁਖਦੇਵ ਸਿੰਘ ਢੀਂਡਸਾ ਜੀ ਜੋ-ਜੋ ਕੰਡੀਸ਼ਨਾਂ ਲਾਣਗੇ ਉਹਨਾਂ ਕੰਡੀਸ਼ਨਾਂ ਨੂੰ ਸੁਖਵੀਰ ਇਸ ਲਈ ਮੰਨ ਜਾਣਗੇ ਕਿ ਉਹਨਾਂ ਦੀ ਪਾਰਟੀ ਦੀ ਮੂਲ ਸਾਖ ਸੁਰਜੀਤ ਹੋਵੇ ਪੰਥਕਲ ਕਿਆ ਸੇ ਕੌਮ ਚ ਸਿੱਖ ਵੋਟਰਾਂ ਵਿੱਚ ਕਿਉਂਕਿ ਅਜੋਕੀ ਸਥਿਤੀ ਜੋ ਹੈ ਉਹ ਇਹ ਦੱਸ ਰਹੀ ਹੈ ਕਿ 2024 ਦੀਆਂ electionsਾਂ ਵਿੱਚ ਪਾਰਟੀ ਦੇ ਹੱਥ ਕੁਝ ਮਿਲਦਾ ਨਜ਼ਰ ਨਹੀਂ ਆਂਦਾ ਸੋ ਉਹਦੇ ਵਿੱਚ ਇਹ ਵੀ ਹੈ ਕਿ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਈਅੰਸ ਹੋ ਗਿਆ ਪੰਜਾਬ ਵਿੱਚ ਜਿਵੇਂ ਕਿ ਉਹਨਾਂ ਦਾ ਨੈਸ਼ਨਲ ਲੈਵਲ ਤੇ ਹੁੰਦਾ ਨਜ਼ਰ ਆਂਦਾ ਕਿਉਂਕਿ ਆਮ ਆਦਮੀ ਪਾਰਟੀ ਬੜੀ ਇੰਪੋਰਟੈਂਟ ਜਿਹੜੀ ਹੈ ਇੱਕ ਮੈਂਬਰ ਹੈ ਇੰਡੀਆ ਅਲਾਈਅੰਸ ਦਾ ਔਰ ਉਦੇ ਵੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੇਰੇ ਮੂਲ ਕਾਂਗਰਸ ਦੀ ਮੁਖੀ ਜਾਨੀ ਕਿ ਔਰ ਚੀਫ ਮਿਨਿਸਟਰ ਮਮਤਾ ਬੇਨਰਜੀ ਨੇ ਜਦੋਂ ਪ੍ਰਪੋਜ਼ ਕੀਤਾ ਪਾਰਟੀ ਦਾ ਕੈਂਡੀਡੇਟ ਪ੍ਰਾਈਮ ਮਿਨਿਸਟਰੀਅਲ ਤੋਂ ਉਹਨਾਂ ਨੇ ਮਲਕਾਰਜਨ ਖੜਗੇ ਦਾ ਜਦੋਂ ਨਾਂ ਲਿਆ ਤਾਂ ਇੱਕ ਸੈਕਿੰਡ ਵੀ ਨਹੀਂ ਲਾਇਆ ਰਵਿੰਦਰ ਕੇਜਰੀਵਾਲ ਨੇ ਉਹਨਾਂ ਨੂੰ ਸੈਕਿੰਡ ਕਰਤਾ ਵੀ ਇਹ ਠੀਕ ਹੈ ਸੋ ਇਸ ਤੋਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਕੇਜਰੀਵਾਲ ਵੀ ਅੰਦਰੋਂ ਇਹ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦਾ ਕਾਂਗਰਸ ਅਲਾਈਂਸ ਵਿੱਚ ਨਾਲ ਅਲਾਈਂਸ ਹੋਣਾ ਜਿਹੜਾ ਰਹਿਣਾ ਚਾਹੀਦਾ ਹੈ ਇਸੇ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਜੋ ਨੈਸ਼ਨਲ ਪ੍ਰੈਜ਼ੀਡੈਂਟ ਹਨ ਉਹਨਾਂ ਦੇ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਹੋਣ ਉੱਪਰ ਆਪਣੀ ਇੱਕਦਮ ਸਹਿਮਤੀ ਪ੍ਰਗਟ ਕਰ ਦਿੱਤੀ ਸੋ ਇਹ ਜੋ ਐਕਸ਼ਨ ਹੈ ਅਰਵਿੰਦ ਕੇਜਰੀਵਾਲ ਦਾ ਇਹ ਸੰਕੇਤ ਕਰਦਾ ਹੈ ਕਿ ਪੰਜਾਬ ਵਿੱਚ ਜੇਕਰ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਖੜਗੇ ਸਾਹਿਬ ਇਹ ਫੈਸਲਾ ਕਰ ਦੇਣਗੇ ਕਿ ਇਹ ਦੋਨੋਂ ਪਾਰਟੀਆਂ ਰਲ ਕੇ ਚੋਣ ਲੜਨਗੀਆਂ ਤਾਂ ਪੰਜਾਬ ਵਿੱਚ ਜੋ ਸਾਂਝਾ ਮੋਹਾਜ ਬਣੇਗਾ ਉਹ ਬਣੇਗਾ ਆਮ ਆਦਮੀ ਪਾਰਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਉਨ੍ਹਾਂ ਦੇ ਮੁਕਾਬਲੇ ਵਿੱਚ ਕੌਣ ਆਂਦਾ ਜਿਵੇਂ ਕਿ ਲੱਗ ਰਿਹਾ ਕਿ ਜਦੋਂ ਇਹਨਾਂ ਦੋ ਪਾਰਟੀਆਂ ਦਾ ਅਕਾਲੀ ਦਲਾਂ ਦਾ ਮਰਜਰ ਹੋ ਜਾਏਗਾ ਤਾਂ ਫਿਰ ਜਿਹੜਾ ਭਾਜਪਾ ਨਾਲ ਜਿਹੜੀ ਅਲਾਈਅੰਸ ਦੀ ਗੱਲਬਾਤ ਚੱਲੇਗੀ ਕਿਉਂਕਿ ਭਾਜਪਾ ਲਈ ਵੀ ਪੰਜਾਬ ਦੀਆਂ 2024 ਦੀਆਂ ਚੋਣਾਂ ਵਿੱਚ ਕੁਝ ਸੀਟਾਂ ਜਿੱਤਣਾ ਹੁਣ ਦੇ ਹਾਲਾਤਾਂ ਮੁਤਾਬਕ ਏਡਾ ਸੌਖਾ ਨਹੀਂ ਲੱਗਦਾ ਸੋ ਇਸ ਚਰਚਾ ਨੂੰ ਮੈਂ ਸਮਾਪਤ ਕਰਦਾ ਤੇ ਇਸ ਤੋਂ ਪਹਿਲੇ ਤੁਹਾਨੂੰ ਫੇਰ ਦੱਸਦਾ ਕਿ ਹਲੇ ਤੱਕ ਸੁਖਦੇਵ ਸਿੰਘ ਢਿੰਡਸਾ ਜੀ ਨੂੰ ਆਪਣੀ ਪਾਰਟੀ ਵੱਲੋਂ ਇਹ ਹੱਕ ਨਹੀਂ ਮਿਲਿਆ ਕਿ ਉਹ ਆਪਣਾ ਯੂਨਟ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਮਰਜ ਕਰ ਦੇਣ ਹੁਣ ਇਹ ਜੋ ਸਰਵੇ ਦਾ ਬਾਨਾ ਲੱਭਿਆ ਇਹ ਤੁਸੀਂ ਦੇਖ ਹੀ ਰਹੇ ਹੋ ਇਹ ਸੁਖਵੀਰ ਪਟਲਨੀਆਂ ਜਿਵੇਂ ਢੀਂਗਾ ਕਮੇਟੀ ਦੀ ਰਿਪੋਰਟ ਰਦ ਆ ਗਈ ਸੁਖਬੀਰ ਬਾਦਲ ਨੇ ਤੇ ਸੁਖਬੀਰ ਬਾਦਲ ਨੇ ਉਹ ਰਿਪੋਰਟ ਮੰਨੀ ਨਹੀਂ ਡਸਟਬਿਨ ਚ ਸੇੜਤੀ ਜੇ ਇਹ ਰਿਪੋਰਟ ਵੀ ਅਗੇਂਸਟ ਆ ਗਈ ਜੋ ਕੁਝ ਇਸ ਦੇ ਪ੍ਰਧਾਨ ਢੀਡ ਸਾਹਿਬ ਕਹਿਣਾ ਚਾਹੁੰਦੇ ਤੋ ਫੇਰ ਦੇਖਦੇ ਆਂ ਅਗਰ ਇਹ ਜ਼ਬਰਦਸਤੀ ਹੋਈ ਤੇ ਬਹੁਤ ਸਾਰੇ ਲੋਕ ਪਾਰਟੀ ਛੱਡ ਜਾਣਗੇ ਆ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਉਮੀਦ ਕਰਦਾ ਇਹਦੇ ਵਿੱਚ ਜੋ ਤੱਥ ਪੇਸ਼ ਕੀਤੇ ਗਏ ਫੈਕਸ ਬੇਸ ਕੀਤੇ ਗਏ ਅਸਲੀਅਤ ਪੇਸ਼ ਕੀਤੀ ਗਈ ਉਹ ਤੁਹਾਨੂੰ ਪਸੰਦ ਆਏਗੀ ਜੇਕਰ ਤੁਸੀਂ ਹੁਣ ਤੱਕਨ ਏਸ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਇਸ ਨੂੰ ਸਬਸਕ੍ਰਾਈਬ ਕਰੋ ਇਸ ਦਾ ਬੈਲ ਆਈਕਨ ਦਬਾਓ ਯਾਨੀ ਇਹਦੀ ਘੰਟੀ ਦਬਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਘੰਟੀ ਦਬਾਓਗੇ ਤਾਂ ਸਾਡੀ ਜਿਹੜੀ ਵੀ ਵੀਡੀਓ ਹੋਏਗੀ ਤੁਹਾਨੂੰ ਸਭ ਤੋਂ ਪਹਿਲੇ ਮਿਲੇਗੀ ਔਰ ਇਸ ਚੈਨਲ ਨੂੰ ਲਾਈਕ ਵੀ ਕਰੋ ਔਰ ਜੇਕਰ ਤੁਸੀਂ ਫੇਸਬੁੱਕ ਤੇ ਕਰ ਰਹੇ ਹੋ ਦੇਖ ਰਹੇ ਹੋ ਤਾਂ ਫੇਸਬੁਕ ਤੇ ਇਹਨੂੰ ਲਾਈਕ ਵੀ ਕਰੋ ਅਤੇ ਇਹਨੂੰ ਫਾਲੋ ਵੀ ਕਰੋ ਸੋ ਇੱਥੇ ਇਹਨੂੰ ਸਮਾਪਤ ਕਰਦੇ ਆਂ ਸਤਿ ਸ੍ਰੀ ਅਕਾਲ